ਗੁੱਡ ਮਾਰਨਿੰਗ ਸਟੂਡੈਂਟਸ ਅਸੀਂ ਕਰਦੇ ਸੀ ਬਾਬਾ ਬਲਵੰਤ ਦੇ ਕਵਿਤਾਵਾਂ ਫਸਟ ਕਵਿਤਾ ਅਸੀਂ ਕਰਨੀ ਸੀ ਸੈਕਿੰਡ ਕਵਿਤਾ ਹੈ ਦੁਨੀਆ ਦੁਨੀਆ ਕਵਿਤਾ ਦੇ ਵਿੱਚ ਬਾਬਾ ਬਲਵੰਤ ਨੇ ਦੁਨੀਆ ਦੇ ਹਾਪਾ ਮਤਲਬ ਦੁਨੀਆ ਦੀ ਗੱਲ ਕੀਤੀ ਹੈ ਵੀ ਜਿਹੜੀ ਦੁਨੀਆ ਹੈ ਉਹ ਮਾਇਆ ਕੂੜ ਜਾਂ ਨਾਸ਼ਵਾਨ ਨਹੀਂ ਸਗੋਂ ਹਕੀਕਤ ਤੇ ਸੱਚਾਈ ਹੈ ਠੀਕ ਹੈ ਮਤਲਬ ਦੁਨੀਆ ਤੇ ਡਾਟਾ ਗਿਆਨ ਕਸਿਆ ਉਹਦੇ ਬਾਰੇ ਅਸੀਂ ਕਵਿਤਾ ਦੇ ਵਿੱਚ ਗੱਲ ਕਰਾਂਗੇ ਕੋਈ ਮਾਣ ਕੇ ਇਸ ਦੁਨੀਆ ਦੇ ਦੁੱਖ ਸੁੱਖ ਕਵੀ ਕੀ ਕਹਿੰਦਾ ਕਹਿੰਦੇ ਬਹੁਤੇ ਲੋਕ ਜਿਹੜੇ ਇਸ ਦੁਨੀਆ ਦੇ ਦੁੱਖ ਸੁੱਖ ਮਾਣ ਲੈਂਦੇ ਆ ਗਿਆਨ ਕਹਿ ਕੇ ਆਖਿਰ ਕੇ ਸੁਪਨਾ ਹੈ ਦੁਨੀਆ ਕਹਿੰਦੀ ਇਸ ਦੁਨੀਆ ਦੇ ਵਿੱਚ ਰਹਿ ਕੇ ਦੁਨੀਆ ਦੇ ਦੁੱਖ ਸੁੱਖ ਮਾਣ ਕੇ ਵਿਅਕਤੀ ਇਸ ਦੁਨੀਆ ਤੋਂ ਚਲੇ ਜਾਂਦਾ ਕੀ ਕਹਿ ਕੇ ਚਲਾ ਜਾਂਦਾ ਵੀ ਜਿਹੜੀ ਦੁਨੀਆ ਹੈ ਉਹ ਇੱਕ ਸੁਪਨਾ ਹੈ ਕਲਪਨਾ ਦਾ ਰੋਣਾ ਤੜਫਣਾ ਹੈ ਦੁਨੀਆ ਕਹਿੰਦੇ ਜਿਹੜੀ ਦੁਨੀਆ ਹੈ ਉਹ ਕਲਪਨਾ ਦਾ ਰੋਣਾ ਤੇ ਤੜਫਣਾ ਹੈ ਠੀਕ ਹੈ ਉਹ ਖਾਂਦਾ ਰਿਹਾ ਧਰਤ ਦਾ ਅੰਨ ਦਾਣ ਕਹਿੰਦੇ ਜਿਹੜਾ ਵੀ ਇਨਸਾਨ ਮਨੁੱਖ ਇਸ ਧਰਤੀ ਤੇ ਆਉਂਦਾ ਕਹਿੰਦੇ ਉਹ ਇਸ ਜਹਾਨ ਦੇ ਵਿੱਚ ਇਸ ਦੁਨੀਆ ਦੇ ਵਿੱਚ ਰਹਿ ਕੇ ਕਹਿੰਦੇ ਇਸੇ ਧਰਤੀ ਦਾ ਹੀ ਅੰਨ ਦਾਣ ਖਾਂਦਾ ਮਤਲਬ ਇਸੇ ਧਰਤੀ ਦਾ ਹੀ ਜਿਹੜਾ ਉੱਗਿਆ ਅੰਨ ਹੈ ਉਹ ਖਾਂਦਾ ਹੈ ਰਿਹਾ ਧਰਤ ਤੇ ਹੀ ਉਹ ਵੱਸਦਾ ਸਿਆਣਾ ਤੇ ਸਿਆਣਾ ਬਣ ਕੇ ਇਸ ਧਰਤੀ ਤੇ ਆਪਣਾ ਸਾਰਾ ਜੀਵਨ ਗੁਜ਼ਾਰਦਾ ਹੈ ਰਿਹਾ ਜਿੰਦਾ ਦੁਨੀਆ ਦਾ ਹੀ ਪੀ ਕੇ ਪਾਣੀ ਇਸ ਧਰਤੀ ਤੇ ਰਹਿ ਕੇ ਉਹ ਦੁਨੀਆ ਦਾ ਪਾਣੀ ਪੀ ਕੇ ਜਿਉਂਦਾ ਰਿਹਾ ਹੈ ਬੜੇ ਉਸਦੇ ਆਪਣੇ ਵੀ ਇਹ ਜਗਤ ਪ੍ਰਾਣੀ ਮਤਲਬ ਜਿਹੜੇ ਕਿ ਦੁਨੀਆ ਦੇ ਉੱਤੇ ਲੋਕ ਰਹਿੰਦੇ ਆ ਉਹੀ ਉਹਦੇ ਆਪਣੇ ਬਣੇ ਹੋਏ ਨੇ ਕਿਵੇਂ ਸਮਝਾਈਏ ਜਗ ਤੂੰ ਆਈ ਧੂਆ ਹੈ ਕਹਿੰਦੇ ਪਰ ਸਾਰੀ ਦੁਨੀਆ ਨੂੰ ਇਹ ਕਿਵੇਂ ਸਮਝਾਈਏ ਵੀ ਕੋਈ ਨਹੀਂ ਕਹਿੰਦਾ ਕਿ ਜ਼ਿੰਦਗੀ ਹਕੀਕਤ ਦੇ ਵਿੱਚ ਕੁਝ ਵੀ ਨਹੀਂ ਪਰ ਜਿਹੜੀ ਜ਼ਿੰਦਗੀ ਹੈ ਦੁਨੀਆ ਹੈ ਇਹ ਸਿਰਫ ਤੂੰ ਆਈ ਧੂਆ ਹੈ ਕੋਈ ਆਖਦਾ ਹੈ ਧੂਹਾ ਹੈ ਦੁਨੀਆ ਕੋਈ ਕਹਿ ਗਿਆ ਕਲਪਨਾ ਹੈ ਦੁਨੀਆ ਕਹਿੰਦਾ ਇਸ ਸੰਸਾਰ ਦੇ ਵਿੱਚ ਬਹੁਤੇ ਲੋਕਾਂ ਦੇ ਵਿੱਚ ਉਹ ਕੁਝ ਕਹਿੰਦੇ ਆ ਵੀ ਜਿਹੜੀ ਦੁਨੀਆ ਹੈ ਇਹ ਇੱਕ ਧੂਹਾ ਹੈ ਤੇ ਕਲਪਨਾ ਦਾ ਰੋਣਾ ਹੈ ਕੋਈ ਧਰਤ ਮਾਤਾ ਤੇ 100 ਸਾਲ ਜੀ ਕੇ ਕਹਿੰਦੇ ਕਈ ਵਿਅਕਤੀ ਇਸ ਧਰਤੀ ਤੇ ਰਹਿ ਕੇ 100 ਸਾਲ ਜੀਂਦੇ ਹਨ ਦਰਖਤਾਂ ਦੇ ਫਲ ਸ਼ਹਿਰ ਤੇ ਸ਼ੀਰ ਪੀ ਕੇ ਇਹ ਝੂਠੀ ਹੈ ਦੁਨੀਆ ਕੋਈ ਦਿਨ ਦੀ ਦੁਨੀਆ ਕੋਈ ਪਲ ਦਾ ਜੀਵਨ ਕੋਈ ਛਿਨ ਦੀ ਦੁਨੀਆ ਕਹਿੰਦੇ ਕਈ ਵਿਅਕਤੀ ਇਸ ਧਰਤੀ ਤੇ 100 ਸਾਲ ਜੀ ਲੈਂਦੇ ਨੇ ਇਸ ਧਰਤੀ ਤੇ ਰਹਿ ਕੇ ਦਰਖਤਾਂ ਦੇ ਫਲ ਖਾਂਦੇ ਨੇ ਸ਼ੀਰ ਪੀਂਦੇ ਨੇ ਕਹਿੰਦੇ ਦੁਨੀਆ ਦੇ ਸਾਰੇ ਆਨੰਦ ਮਾਣਦੇ ਨੇ ਪਰ ਉਸ ਤੋਂ ਬਾਅਦ ਵੀ ਇਹ ਕਹਿੰਦੇ ਉਹ ਇਸ ਦੁਨੀਆ ਤੋਂ ਜਾਣ ਲੱਗੇ ਇਹ ਕਹਿ ਕੇ ਚਲੇ ਜਾਂਦੇ ਨੇ ਵੀ ਜਿਹੜੀ ਇਹ ਦੁਨੀਆ ਹੈ ਇਹ ਝੂਠੀ ਹੈ ਠੀਕ ਹੈ ਸਦਾ ਇਸ ਦੁਨੀਆ ਦੇ ਆਨੰਦ ਲੈ ਕੇ ਕਵੀ ਕੀ ਕਹਿੰਦਾ ਕਹਿੰਦੇ ਲੋਕ ਮਤਲਬ ਸੰਸਾਰ ਦੇ ਲੋਕ ਦੁਨੀਆ ਦਾ ਆਨੰਦ ਮਾਣਦੇ ਨੇ ਕੋਈ ਕਹਿ ਗਿਆ ਇੱਕ ਸਾਇਆ ਹੈ ਦੁਨੀਆ ਕਹਿੰਦੇ ਕੋਈ ਵਿਅਕਤੀ ਇਹਨੂੰ ਸਾਇਆ ਕਹਿੰਦੇ ਨੇ ਕੋਈ ਯਾਦਗਾਰਾਂ ਜਗ ਤੇ ਬਣਾ ਕੇ ਕਹਿੰਦੇ ਕਈ ਵਿਅਕਤੀ ਇਸ ਤਰ੍ਹਾਂ ਦੇ ਇਨਸਾਨ ਵੀ ਨੇ ਜਿਹੜੇ ਦੁਨੀਆ ਦੇ ਉੱਤੇ 100 ਸਾਲ ਜੀ ਕੇ ਵੀ ਜਗਤ ਦੀ ਪਰਵਾਹ ਕਰਦੇ ਨੇ ਤੇ ਜਗਤ ਦੇ ਲਈ ਸੰਸਾਰ ਦੇ ਲਈ ਕੋਈ ਯਾਦਗਿਰੀ ਛੱਡ ਕੇ ਜਾਂਦੇ ਨੇ ਕੋਈ ਕਹਿ ਗਿਆ ਸਿਰਫ ਮਾਇਆ ਹੈ ਦੁਨੀਆ ਕਹਿੰਦੇ ਦੂਜੇ ਪਾਸੇ ਇਸ ਤਰ੍ਹਾਂ ਦੇ ਲੋਕ ਵੀ ਨੇ ਜਿਹੜੇ ਇਹ ਕਹਿੰਦੇ ਨੇ ਕਿ ਸਿਰਫ ਮਾਇਆ ਦੇ ਲਈ ਵੀ ਦੁਨੀਆ ਬਣੀ ਹੈ ਅਸਲ ਹੋਰ ਹੈ ਇੱਕ ਧੋਖਾ ਹੈ ਦੁਨੀਆ ਕੋਈ ਕਹਿ ਗਿਆ ਵਾਅਦਾ ਝੋਕਾ ਹੈ ਦੁਨੀਆ ਕਹਿੰਦੇ ਅਸਲ ਦੇ ਵਿੱਚ ਦੁਨੀਆ ਦੇ ਬਾਰੇ ਕਿਸੇ ਨੂੰ ਵੀ ਕੁਝ ਨਹੀਂ ਪਤਾ ਕਹਿੰਦੇ ਕੋਈ ਇਹਨੂੰ ਧੋਖਾ ਕਹਿੰਦਾ ਤੇ ਕੋਈ ਕਹਿੰਦਾ ਵਾਅਦਾ ਝੋਕਾ ਮਤਲਬ ਹਵਾ ਦੇ ਬਾਬਰੋਲੇ ਵਾਂਗ ਇਹ ਦੁਨੀਆ ਬਣੀ ਹੋਈ ਹੈ ਠੀਕ ਹੈ ਜੀ ਹਜ਼ਾਰਾਂ ਹੀ ਸਾਲਾਂ ਤੋਂ ਇਹ ਕਹਿਣ ਵਾਲੇ ਕਈ ਤੁਰ ਗਏ ਪਰ ਇਹ ਬਾਕੀ ਹੈ ਦੁਨੀਆ ਕਹਿੰਦੇ ਭਾਵੇਂ ਕਿ ਬਹੁਤ ਸਾਰੇ ਲੋਕ ਇਹਨੂੰ ਝੂਠੀ ਦੁਨੀਆ ਕਹਿੰਦੇ ਆ ਕੋਈ ਕਹਿੰਦਾ ਵੀ ਮਾਇਆ ਦੇ ਲਈ ਬਣੀ ਹੋਈ ਆ ਕੋਈ ਕਹਿੰਦਾ ਇਹ ਦੁਨੀਆ ਝੂਠੀ ਹੈ ਕੋਈ ਕਹਿੰਦਾ ਇਹ ਸਾਇਆ ਹੈ ਕਹਿੰਦੇ ਭਾਵੇਂ ਕਿ ਲੱਖਾਂ ਲੋਕ ਇਸ ਦੁਨੀਆ ਦੇ ਵਿੱਚੋਂ ਚਲੇ ਗਏ ਨੇ ਪਰ ਫਿਰ ਵੀ ਦੁਨੀਆ ਤੇ ਜਿਹੜੀ ਬਹੁਤ ਸਾਰੇ ਲੋਕ ਅੱਜ ਵੀ ਕਾਇਮ ਨੇ ਮਤਲਬ ਬਹੁਤ ਸਾਰੇ ਲੋਕ ਇਸ ਸੰਸਾਰ ਦੇ ਵਿੱਚ ਰਹਿੰਦੇ ਨੇ ਉਹ ਤੱਤਾਂ ਦੀ ਕੁਝ ਅਸਲੀਅਤ ਹੀ ਨਾ ਸਮਝੇ ਜੋ ਕਹਿੰਦੇ ਰਹੇ ਫਾਨੀ ਖਾਕੀ ਹੈ ਦੁਨੀਆ ਕਹਿੰਦੇ ਅਸਲ ਦੇ ਵਿੱਚ ਕੋਈ ਵੀ ਦੁਨੀਆ ਦੀ ਅਸਲੀਅਤ ਨੂੰ ਸਮਝ ਨਹੀਂ ਸਕਿਆ ਜਿਹੜੇ ਕਿ ਕਹਿੰਦੇ ਸੀ ਦੁਨੀਆ ਖਾਕੀ ਹੈ ਜਾਂ ਫਾਨੀ ਬਣੀ ਹੋਈ ਹੈ ਬੜੇ ਪੇਚ ਖਾ ਖਾ ਕੇ ਚੱਲਦੀ ਹੈ ਦੁਨੀਆ ਕਹਿੰਦੇ ਦੁਨੀਆ ਜਿਹੜੀ ਬੜੇ ਪੇਚ ਖਾ ਖਾ ਕੇ ਚੱਲਦੀ ਹੈ ਇਹ ਮਰਦੀ ਨਹੀਂ ਪਰ ਬਦਲਦੀ ਹੈ ਦੁਨੀਆ ਕਹਿੰਦੇ ਇਸ ਸੰਸਾਰ ਦੇ ਲੋਕ ਮਰ ਜ਼ਰੂਰ ਜਾਂਦੇ ਨੇ ਮਤਲਬ ਕਹਿੰਦੇ ਉਹਨਾਂ ਦੇ ਮਰ ਜਾਣ ਦੇ ਨਾਲ ਦੁਨੀਆ ਖਤਮ ਨਹੀਂ ਹੁੰਦੀ ਉਹਨਾਂ ਦੀ ਜਗ੍ਹਾ ਤੇ ਹੋਰ ਦੁਨੀਆ ਦੇ ਲੋਕ ਪੈਦਾ ਹੋ ਜਾਂਦੇ ਨੇ ਹੈ ਬਦਲੀ ਦਾ ਦਿਨ ਜ਼ਿੰਦਗੀ ਦਾ ਸਵੇਰਾ ਕਹਿੰਦੇ ਜਦੋਂ ਮਤਲਬ ਦੁਨੀਆ ਬਦਲ ਜਾਂਦੀ ਹੈ ਤਾਂ ਕਹਿੰਦੇ ਸਾਡੇ ਲਈ ਇੱਕ ਆਸ ਦੀ ਨਵੀਂ ਕਿਰਨ ਉੱਭਰ ਕੇ ਸਾਹਮਣੇ ਆਉਂਦੀ ਹੈ ਨਹੀਂ ਮੌਤ ਦਾ ਜਗ ਜੀਵਨ ਹਨੇਰਾ ਕਹਿੰਦੇ ਇਹ ਜੀਵਨ ਦਾ ਹਨੇਰਾ ਪੰਦ ਰਾਸਤਾ ਨਹੀਂ ਸਗੋਂ ਸਾਡੇ ਲਈ ਨਵੀਂ ਸਵੇਰ ਇੱਕ ਨਵੀਂ ਚਾਨਣ ਤੇ ਨਵੇਂ ਆਸ ਦੀ ਕਿਰਨ ਲੈ ਕੇ ਆਉਂਦੀ
ਜੱਟ ਕੁਝ ਵੀ ਨਹੀਂ ਇਹ ਸ਼ਬਦ ਕਹਿਣ ਵਾਲਾ ਪੈਗੰਬਰ ਜਾਂ ਹੋਵੇ ਕੋਈ ਅੱਲਾਹ ਤਾਲਾ ਕਹਿੰਦੇ ਸੰਸਾਰ ਕੁਝ ਵੀ ਨਹੀਂ ਹੈਗਾ ਕਹਿੰਦੇ ਉਹ ਭਾਵੇਂ ਕੋਈ ਪੈਗੰਬਰ ਹੋਵੇ ਜਾਂ ਰੱਬ ਹੋਵੇ ਜਾਂ ਪੀਰ ਹੋਵੇ ਜਾਂ ਅਵਤਾਰ ਹੋਵੇ ਜਾਂ ਰਿਸ਼ੀ ਹੋਵੇ ਜਾਂ ਕਲਾਕਾਰ ਹੋਵੇ ਕਹਿੰਦੇ ਇਹ ਇਹਨਾਂ ਤੋਂ ਮਤਲਬ ਇਹ ਸਾਰ ਸਮਝ ਸਕਦੇ ਆ ਵੀ ਜਾਣੇ ਅਣਜਾਣੇ ਬਾਦਸ਼ਾਹ ਕਹਿੰਦੇ ਭਾਵ ਅਮੀਰ ਲਟੇਰਿਆਂ ਦਾ ਸਾਥੀ ਹੋਵੇ ਪਰ ਕਹਿੰਦੇ ਇਹਨਾਂ ਸਭ ਦੇ ਬਾਵਜੂਦ ਵੀ ਸੰਸਾਰ ਦੇ ਵਿੱਚ ਬਹੁਤ ਸਾਰੀ ਗਰੀਬੀ ਤੇ ਗੁਲਾਮੀ ਵਧੀ ਹੋਈ ਹਕੀਕਤ ਹੈ ਦੁਨੀਆ ਸੱਚਾਈ ਹੈ ਦੇਖੋ ਕਹਿੰਦੇ ਕਈ ਵਿਅਕਤੀ ਕਹਿੰਦੇ ਆ ਵੀ ਜਿਹੜੀ ਇਹ ਦੁਨੀਆ ਹੈ ਉਹ ਹਕੀਕਤ ਨੂੰ ਪੇਸ਼ ਕਰਦੀ ਹੈ ਮਨੁੱਖਾਂ ਦੀ ਮਿਹਨਤ ਤੇ ਜੀਵਨ ਦੇ ਚਾਲ ਕਹਿੰਦੇ ਹਕੀਕਤ ਦੇ ਵਿੱਚ ਮਨੁੱਖ ਮਿਹਨਤ ਕਰਦੇ ਆ ਤੇ ਜੀਵਨ ਦੇ ਰਾਹ ਬਣਾਉਂਦੇ ਆ ਤੇ ਉਹਨਾਂ ਦੇ ਲਈ ਜਿਹੜੀ ਦੁਨੀਆ ਹੈ ਉਹ ਇੱਕ ਹਕੀਕਤ ਬਣੀ ਹੋਈ ਹੈ ਸਗੋਂ ਹੋਰ ਸੋਹਣੀ ਬਣਾਈ ਹੈ ਦੁਨੀਆ ਜਿਹੜੇ ਮਿਹਨਤ ਕਰਦੇ ਆ ਉਹਨਾਂ ਨੇ ਦੁਨੀਆ ਨੂੰ ਹੋਰ ਸੋਹਣਾ ਬਣਾਇਆ ਹੋਇਆ ਹਕੀਕਤ ਹੈ ਸੂਰਜ ਹਕੀਕਤ ਹੈ ਪਾਣੀ ਮਤਲਬ ਜਿਹੜੇ ਲੋਕ ਝੂਠੀ ਦੁਨੀਆ ਦੀ ਗੱਲ ਕਰਦੇ ਆ ਕਹਿੰਦੇ ਉਹਨਾਂ ਲਈ ਮੈਂ ਦੱਸ ਦਵਾਂ ਵੀ ਜਿਹੜੀ ਦੁਨੀਆ ਤੇ ਸਭ ਕੁਝ ਹਕੀਕਤ ਹੈ ਸੂਰਜ ਵੀ ਪਾਣੀ ਵੀ ਮਾਦਾ ਵੀ ਹਰਕਤ ਰਵਾਨੀ ਵੀ ਖੇਤਾਂ ਦਾ ਕੱਟਣਾ ਉਗਾਉਣਾ ਖੇਤਾਂ ਦੇ ਵਿੱਚ ਜੋ ਕੁਝ ਬੀਜਦੇ ਕੱਟਦੇ ਆ ਉਹ ਵੀ ਇੱਕ ਹਕੀਕਤ ਹੀ ਹੈ ਹਕੀਕਤ ਹੈ ਤੱਤਾਂ ਦਾ ਇਹ ਕਾਰਖਾਨਾ ਕਹਿੰਦੇ ਤੱਤਾਂ ਦਾ ਕਾਰਖਾਨਾ ਵੀ ਦੁਨੀਆ ਦੇ ਲਈ ਹਕੀਕਤ ਹੈ ਇਸ ਲਈ ਅਸੀਂ ਇਹ ਨਹੀਂ ਕਹਿ ਸਕਦੇ ਵੀ ਦੁਨੀਆ ਝੂਠੀ ਹੈ ਸਗੋਂ ਇੱਕ ਹਕੀਕਤ ਹੈ ਹਕੀਕਤ ਦੇ ਨਾਲ ਦੁਨੀਆ ਨੂੰ ਪੇਸ਼ ਕੀਤਾ ਜਾਂਦਾ ਹੈ ਮਾਦਾ ਤੇ ਮਾਦੇ ਦੀ ਹਰਕਤ ਅਨਾਦੀ ਕਵੀ ਲਿਖਦਾ ਕਹਿੰਦਾ ਇਸ ਪਦਾਰਥ ਤੇ ਇਸਦੀ ਹਰਕਤ ਭਾਵੇਂ ਕਿ ਕਹਿੰਦੇ ਦੁਨੀਆ ਦੇ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ ਅਕਲ ਰੂਪ ਮਨੁੱਖ ਸਭ ਨੇ ਇਸਦੇ ਅੰਗ ਕਹਿੰਦੇ ਅਕਲ ਰੂਪ ਮਨੁੱਖ ਇਹ ਸਾਰੇ ਪਦਾਰਥ ਦੁਨੀਆ ਦੇ ਅੰਗ ਨੇ ਨਾ ਸੁਪਨਾ ਨਾ ਕੋਈ ਹਵਾਈ ਹੈ ਦੁਨੀਆ ਕਹਿੰਦੇ ਨਾ ਤਾਂ ਅਸੀਂ ਉਹ ਸੁਪਨਾ ਕਹਿ ਸਕਦੇ ਹਾਂ ਨਾ ਹਵਾਈ ਕਹਿ ਸਕਦੇ ਹਾਂ ਇਹ ਤਾਂ ਸਗੋਂ ਇੱਕ ਹਕੀਕਤ ਬਣੀ ਹੋਈ ਹੈ ਦੁਨੀਆ ਦੇ ਲਈ ਸੱਚਾਈ ਬਣੀ ਹੋਈ ਹੈ ਠੀਕ ਹੈ ਜੀ ਨੈਕਸਟ ਹੈ ਉਸਦਾ ਹਾਲ ਰੋਜ਼ ਉਸਦਾ ਹਾਰ ਟੁੱਟ ਜਾਇਆ ਕਰੇ ਮੁਸਕਰਾਉਂਦੀ ਆ ਕੇ ਬਣਵਾਇਆ ਕਰੇ ਹੁਣ ਇਸ ਕਵਿਤਾ ਦੇ ਵਿੱਚ ਕਵੀ ਨੇ ਪ੍ਰੇਮਿਕਾ ਦੀ ਗੱਲ ਕੀਤੀ ਹੈ ਜਿਹੜੀ ਕਿ ਪ੍ਰੇਮਿਕਾ ਨਾਲ ਆਪਣੀ ਮੁਲਾਕਾਤ ਤੇ ਸਮਾਜਿਕ ਬੰਧਨਾਂ ਦੀ ਗੱਲ ਕਰਦੇ ਹੋਏ ਕਵੀ ਨੇ ਆਪਣੇ ਭਾਵ ਪੇਸ਼ ਕੀਤੇ ਆ ਕਵੀ ਕੀ ਕਹਿੰਦਾ ਕਹਿੰਦੇ ਸਮਾਜਿਕ ਬੰਧਨਾਂ ਬਾਰੇ ਸੋਚ ਕੇ ਉਹਦੀ ਜਿਹੜੀ ਪ੍ਰੇਮਿਕਾ ਹੈ ਉਹਦੀਆਂ ਮਤਲਬ ਉਮੀਦਾਂ ਟੁੱਟ ਜਾਂਦੀਆਂ ਠੀਕ ਹੈ ਕਹਿੰਦੇ ਉਹ ਆਪਣੀਆਂ ਉਮੀਦਾਂ ਤੇ ਖਰੀ ਉਤਰਨ ਦੇ ਲਈ ਮੇਰੇ ਕੋਲ ਆਉਂਦੀ ਆ ਤੇ ਆਪਣਾ ਹਾਰ ਬਣਵਾਉਂਦੀ ਹੈ ਮੇਰੇ ਪੁੱਛਣ ਤੇ ਟੁੱਟਾ ਕਿਸ ਤਰ੍ਹਾਂ ਕਹਿੰਦਾ ਮੈਂ ਜੇ ਉਹਨੂੰ ਪੁੱਛਦਾ ਵੀ ਤੇਰੇ ਉਮੀਦਾਂ ਦਾ ਹਾਰ ਕਿਸ ਤਰ੍ਹਾਂ ਟੁੱਟਿਆ ਤਾਂ ਪਾ ਕੇ ਗਰਦਨ ਪਾ ਕੇ ਵਲ ਗਰਦਨ ਨੂੰ ਸ਼ਰਮਾਇਆ ਕਰੇ ਕਹਿੰਦੇ ਉਹ ਆਪਣੇ ਗਰਦਨ ਨੂੰ ਵਲ ਪਾ ਕੇ ਸ਼ਰਮਾ ਜਾਂਦੀ ਆ ਮੇਰੇ ਸਿਰ ਸਾਇਆ ਕਰੇ ਖੁਸ਼ਬੂ ਦੀ ਰਾਤ ਉਹ ਮੇਰੇ ਤੇ ਮੂੰਹ ਤੇ ਲਹਿਰਾਇਆ ਕਰੇ ਕਹਿੰਦੇ ਉਸਦੇ ਮੂੰਹ ਪਰ ਜਿਹੜੀ ਮੁਸਕਰਾਹਟ ਆ ਕਹਿੰਦੇ ਉਹ ਲਹਿਰਾਉਂਦੀ ਹੋਈ ਸ਼ਾਖ ਕਵੀ ਦੇ ਸਿਰ ਉੱਪਰ ਛਾਂ ਕਰ ਦਿੰਦੀ ਹੈ ਆਉਣ ਤੋਂ ਪਹਿਲਾਂ ਪਰੇ ਨਾਜ਼ੁਕ ਤੇ ਨੀਰ ਹੋਰ ਵੀ ਨੈਣਾਂ ਨੂੰ ਸਰਮਾਇਆ ਕਰੇ ਕਹਿੰਦੇ ਉਹ ਆਪਣੇ ਆਉਣ ਤੋਂ ਪਹਿਲਾਂ ਹੀ ਆਪਣੀਆਂ ਅੱਖਾਂ ਨੂੰ ਪੱਥਿਆਂ ਦੇ ਨਾਲ ਤੀਰਾਂ ਨੂੰ ਸੁਰਮੇ ਪਾ ਕੇ ਮਤਲਬ ਅੱਖਾਂ ਦੇ ਵਿੱਚ ਸੁਰਮਾ ਪਾ ਕੇ ਆਪਣੇ ਅੰਗਾਂ ਨੂੰ ਹੋਰ ਵੀ ਤਿੱਖੇ ਕਰ ਲੈਂਦੀ ਹੈ ਜੀ ਜਰਾ ਜੋੜੋ ਇਹ ਟੁੱਟਦਾ ਹੈ ਪਿਆ ਆ ਕੇ ਕੀ ਕਹਿੰਦੇ ਆ ਕਹਿੰਦੇ ਮੇਰੇ ਉਮੀਦਾਂ ਦਾ ਹਾਰ ਤੁਸੀਂ ਜੋੜ ਦਵੋ ਇਹ ਟੁੱਟਦਾ ਜਾਂਦਾ ਮੱਤ ਭਰੇ ਬੋਲਾਂ ਤੋਂ ਨਸ਼ਿਆਇਆ ਕਰੇ ਮਤਲਬ ਆਪਣੇ ਸ਼ਹਿਦ ਭਰੇ ਬੋਲਾਂ ਦੇ ਵਿੱਚ ਬੋਲ ਕੇ ਕਹਿੰਦੀ ਆ ਰੋਜ਼ ਉਸਦਾ ਹਾਰ ਟੁੱਟ ਜਾਇਆ ਕਰੇ ਰੋਜ਼ ਉਹਦੀਆਂ ਉਮੀਦਾਂ ਦਾ ਹਾਰ ਟੁੱਟ ਜਾਂਦਾ ਸੀ ਤੇ ਉਹ ਕਵੀ ਦੇ ਕੋਲੋਂ ਆਪਣਾ ਹਾਰ ਬਣਵਾਉਣ ਦੇ ਲਈ ਆਉਂਦੀ ਸੀ ਮਖਮਲੀ ਅੰਗਾਂ ਦੀ ਸ਼ੋ ਨਵਨੀਤ ਕਰ ਕਵੀ ਕਹਿੰਦਾ ਕਹਿੰਦਾ ਮੇਰੀ ਪ੍ਰੇਮਿਕਾ ਜਦੋਂ ਮੇਰੇ ਕੋਲ ਹਾਰ ਬਣਵਾਉਣ ਆਉਂਦੀ ਸੀ ਤਾਂ ਕਹਿੰਦੀ ਸੀ ਕਿ ਮੇਰੀ ਉਮੀਦਾਂ ਦਾ ਹਾਰ ਜੋੜ ਕੇ ਦੇਵੋ ਕਹਿੰਦੇ ਇਸ ਤਰ੍ਹਾਂ ਉਸਦੇ ਜਿਹੜੇ ਮਖਮਲੀ ਅੰਗ ਤੇ ਮੱਖਣ ਵਰਗੇ ਕੂਲੇ ਹੱਥਾਂ ਨੂੰ ਆਨੰਦ ਨਾਲ ਭਰਪੂਰ ਕਰ ਦਿੰਦੇ ਆ ਰੇਸ਼ਮੀ ਕਾਇਆ ਦੀ ਉਜਲੀ ਸਿਰਤ ਸੁਣ ਧਰਤ ਭੂਸ਼ਣ ਵੱਲ ਦੇ ਵੱਲ ਖਾਇਆ ਕਰੇ ਰੂਪ ਦੀ ਛੱਡੋ ਸੁਗੰਧੀ ਦਾ ਨਸ਼ਾ ਪੁਸ਼ਪਕ ਆਇਆ ਆ ਕੇ ਸਮਝਾਇਆ ਕਰੇ ਕਹਿੰਦੇ ਉਹਦੇ ਫੁੱਲੇ ਵਰਗੇ ਸਰੀਰ ਦੀ ਮਾਲਕ ਇਹ ਕਹਿੰਦੀ ਆ ਵੀ ਉਹ ਉਸਦੇ ਰੂਪ ਦਾ ਮਜ਼ਾ ਲੈਣ ਦੀ ਗੱਲ ਛੱਡੇ ਤੇ ਸਮਾਜਿਕ ਬੰਧਨਾਂ ਦਾ ਰੋਣਾ ਰੋ ਕੇ ਆਪ ਵੀ ਤੜਪਦੀ ਹੈ ਤੇ ਉਸਨੂੰ ਵੀ ਤੜਪਾਉਂਦੀ ਹੈ ਠੀਕ ਹੈ ਮਤਲਬ ਕਵੀ ਕਹਿੰਦਾ ਕਹਿੰਦੇ ਭਾਵੇਂ ਤੂੰ ਮੇਰੇ ਕੋਲ ਉਮੀਦਾਂ ਦਾ ਹਾਰ ਬਣਵਾਉਣ ਨਹੀਂ ਆਉਂਦੀ ਆ ਪਰ ਕਹਿੰਦੇ ਤੇਰੇ ਆਉਣ ਦੇ ਨਾਲ ਮਤਲਬ ਮੇਰੀ ਵੀ ਜਿਹੜੀ ਉਮੀਦ ਆ ਟੁੱਟ ਜਾਂਦੀ ਆ ਉਹ ਆਪ ਵੀ ਤੜਫਦੀ ਆ ਤੇ ਮੈਨੂੰ ਵੀ ਤੜਫਾਉਂਦੀ ਆ ਮਦਰਸੇ ਵਿੱਚ ਰੋ ਕਦੀ ਬੰਦਸ਼ ਦਾ ਰੋਣ ਆਪ ਤੜਫੇ ਮੈਨੂੰ ਤੜਫਾਇਆ ਕਰੇ ਇੱਕ ਜੋੜੇ ਤੋੜੇ ਲੜੀ ਉਹ ਦੂਸਰੇ ਕਹਿੰਦੇ ਭਾਵੇਂ ਕਿ ਕਵੀ ਇੱਕ ਲੜੀ ਜੋੜ ਦਿੰਦਾ ਸੀ ਜਦਕਿ ਉਹਦੀ ਦੂਸਰੀ ਲੜੀ ਟੁੱਟ ਜਾਂਦੀ ਸੀ ਮਤਲਬ ਜਿਹੜੀ ਉਹਦੀ ਸਮਾਜਿਕ ਬੰਧਨਾਂ
ਰਹਿ ਕੇ ਉਹਦੀ ਜਿਹੜੀ ਉਮੀਦਾਂ ਦੀ ਜੜੀ ਸੀ ਉਹ ਟੁੱਟ ਜਾਂਦੀ ਸੀ ਰੋਜ਼ ਉਸਦਾ ਹਾਰ ਟੁੱਟ ਜਾਇਆ ਕਰੇ ਮੁਸਕਰਾਉਂਦੀ ਆ ਕੇ ਬਣਵਾਇਆ ਕਰੇ ਕਵੀ ਕਹਿੰਦਾ ਕਹਿੰਦੇ ਉਹਦੇ ਉਮੀਦਾਂ ਦਾ ਹਾਰ ਰੋਜ਼ ਟੁੱਟਦਾ ਸੀ ਤਾਂ ਮੇਰੇ ਕੋਲੇ ਬਣਵਾਉਣ ਦੇ ਲਈ ਆਉਂਦੀ ਸੀ ਜੇ ਕਲਾ ਦੇ ਰਾਹ ਦੀ ਲੋ ਬਣ ਜਾਵੇ ਕਹਿੰਦੇ ਜੇ ਉਹ ਕਲਾ ਦੇ ਰਾਹ ਦੀ ਲੋ ਬਣ ਜਾਵੇ ਤਾਂ ਮੇਰਾ ਮਨ ਕਿਉਂ ਠੋਕਰਾਂ ਖਾਇਆ ਕਰੇ ਤਾਂ ਕਹਿੰਦੇ ਜਿਹੜਾ ਮੇਰਾ ਮਨ ਹੈ ਉਹ ਕਿਉਂ ਡੋਲੇ ਕੋਈ ਸੁੰਦਰਤਾ ਚੋਂ ਲੱਭਦਾ ਹੈ ਕਮਾਲ ਕੋਈ ਕਹਿੰਦਾ ਹੈ ਸਮਾਂ ਜਾਇਆ ਕਰੇ ਕਹਿੰਦੇ ਕੋਈ ਆਪਣਾ ਸਮਾਂ ਬਚਾ ਕੇ ਸੁੰਦਰਤਾ ਚੋਂ ਕਮਾਲ ਲੱਭਦਾ ਤੇ ਕੋਈ ਇਸ ਸਮੇਂ ਨੂੰ ਵਿਅਰਥ ਜਾ ਦਿੰਦਾ ਕੋਈ ਹੇ ਮੁਹੱਬਤ ਤੇਰੀ ਮਨਸ਼ਾ ਦੀ ਮਹਾਰ ਮਤਲਬ ਆਪਣੀ ਪ੍ਰੇਮਿਕਾ ਨੂੰ ਕਹਿ ਰਿਹਾ ਹਿੰਮਤੀ ਤਲੀਆਂ ਤੇ ਉਗ ਆਇਆ ਕਰੇ ਵੀ ਜੇ ਉਹ ਥੋੜ੍ਹੀ ਜਿਹੀ ਹਿੰਮਤ ਰੱਖੇ ਹਿੰਮਤ ਰੱਖ ਕੇ ਉਮੀਦ ਲੈ ਕੇ ਮੇਰੇ ਕੋਲ ਆਵੇ ਤਾਂ ਮੈਂ ਵੀ ਉਹਦੇ ਲਈ ਕੁਛ ਵੱਖਰਾ ਕਰ ਸਕਦਾ ਇੱਕ ਉਸਾਰੀ ਦੀ ਲਗਨ ਜੀਵਨ ਦਾ ਚਾਅ ਕਹਿੰਦੇ ਜੇ ਉਹਦੇ ਮਨ ਦੇ ਵਿੱਚ ਹਿੰਮਤ ਦੀ ਇੱਕ ਉਸਾਰੀ ਦੀ ਲਗਨ ਹੋਵੇ ਤਾਂ ਉਹਨੂੰ ਜੀਵਨ ਜਿਉਣ ਦਾ ਚਾਅ ਹੋਵੇ ਮੇਲ ਉਸਦਾ ਅਮਲ ਗਰਮਾਇਆ ਕਰੇ ਰੋਜ਼ ਉਸਦਾ ਹਾਰ ਟੁੱਟ ਜਾਇਆ ਕਰੇ ਕਹਿੰਦੇ ਭਾਵੇਂ ਕਿ ਉਹਦਾ ਰੋਜ਼ ਹਾਰ ਟੁੱਟ ਜਾਂਦਾ ਸੀ ਉਹ ਮੇਰੇ ਕੋਲੇ ਹਾਰ ਬਣਵਾਉਣ ਲਈ ਆਉਂਦੀ ਸੀ ਕਹਿੰਦੇ ਉਹਦੇ ਮਨ ਦੇ ਵਿੱਚ ਉਸਾਰੀ ਦੀ ਇੱਕ ਲਗਨ ਜੀਵਨ ਦਾ ਚਾਅ ਇੱਕ ਕਰਮਸ਼ੀਲਤਾ ਪੈਦਾ ਕਰਦਾ ਸੀ ਮਤਲਬ ਜੇ ਉਹਦੇ ਮਨ ਦੇ ਵਿੱਚ ਥੋੜ੍ਹੀ ਬਹੁਤੀ ਵੀ ਉਮੀਦ ਹੁੰਦੀ ਸੀ ਤਾਂ ਉਹ ਆਪਣੀਆਂ ਉਮੀਦਾਂ ਨੂੰ ਕਾਇਮ ਰੱਖ ਸਕਦੀ ਸੀ ਠੀਕ ਹੈ ਜੀ